ਫਿਲਮ ਕਲਾਕਾਰ ਦੇ ਪੁੱਤ ਦੇ ਨਾਲ ਵੱਜੀ 14 ਲੱਖ ਦੀ ਠੱਗੀ। ਵਿਦੇਸ਼ ਭੇਜਣ ਦੇ ਨਾਮ ਤੇ ਲਏ ਸੀ ਲੱਖਾਂ ਰੁਪਏ, ਨਾ ਭੇਜਿਆ ਵਿਦੇਸ਼ ਤੇ ਨਾ ਹੀ ਪੈਸੇ ਦਿੱਤੇ ਵਾਪਸ। ਦੱਸ ਦਈਏ ਕਿ ਹਿੰਦੀ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਕਲਾਕਾਰ ਦੇ ਪੁੱਤ ਦੇ ਨਾਲ ਕਿਸੇ ਨੇ 14 ਲੱਖ ਰੁਪਏ ਦੀ ਠੱਗੀ ਮਾਰੀ ਹੈ। ਤਾਂ ਦੱਸ ਦਈਏ ਕਿ ਸਾਰੀ ਰਕਮ ਉਹਨਾਂ ਤੋਂ ਕਿਸ਼ਤਾਂ ਦੇ ਵਿੱਚ ਲਈ ਗਈ ਸੀ, ਪਰ ਹੁਣ ਨਾ ਤਾਂ ਉਸਨੂੰ ਵਿਦੇਸ਼ ਭੇਜਿਆ ਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਮਾਮਲਾ ਬੰਗਾ ਸ਼ਹਿਰ ਦਾ ਹੈ, ਜਿੱਥੇ ਫਿਲਮ ਕਲਾਕਾਰ ਦੀਪ ਗਰੇਵਾਲ, ਜੋ ਕਿ ਕਈ ਹਿੰਦੀ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ, ਤਾਂ ਉਹਨਾਂ ਦੱਸਿਆ ਕਿ ਵਿਦੇਸ਼ ਦੇ ਵਿੱਚ ਉਹ ਫਿਲਮਾਂ ਦੇ ਵਿੱਚ ਕੰਮ ਕਰਕੇ ਬਿਜ਼ੀ ਰਹਿੰਦੇ ਨੇ ਤੇ ਪਰਿਵਾਰ ਨੇ ਇਸ ਸੰਬੰਧੀ ਇਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਸੀ। ਤਾਂ ਦੱਸ ਦਈਏ ਕਿ ਜਿਵੇਂ ਹੀ ਇਸ ਚੀਜ਼ ਦਾ ਉਹਨਾਂ ਨੂੰ ਪਤਾ ਲੱਗਦਾ ਹੈ ਤੇ ਉਹਨਾਂ ਦੇ ਵੱਲੋਂ ਤੁਰੰਤ ਪੁਲਿਸ ਕੋਲ ਪਹੁੰਚ ਕੀਤੀ ਜਾਂਦੀ ਹੈ। ਤਾਂ ਹੁਣ ਪੁਲਿਸ ਨੇ 420 ਦਾ ਪਰਚਾ ਦਰਜ ਕਰ ਲਿਆ ਹੈ। ਤਾਂ ਉਹਨਾਂ ਨੇ ਦੱਸਿਆ ਕਿ ਕੁੱਲ 14,14,000 ਰੁਪਏ ਦੀ ਰਕਮ ਹੈ ਜਿਹੜੀ ਏਜੰਟ ਨੂੰ ਦਿੱਤੀ ਗਈ ਸੀ। ਤਾਂ ਕਬੱਡੀ ਖਿਡਾਰੀਆਂ ਦੇ ਵੱਲੋਂ ਸਪੌਂਸਰ ਕਰਵਾ ਕੇ ਭੇਜਣ ਦੇ ਨਾਮ ਤੋਂ ਇਹਨਾਂ ਤੋਂ ਇਹ ਸਾਰੀ ਰਕਮ ਲਈ ਗਈ ਸੀ। ਤਾਂ ਪਰਿਵਾਰ ਦੇ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਹ ਮਾਮਲਾ ਜਨਾਬ, ਅਗਰ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਤਾਂ ਇਹ ਮਾਮਲੇ ਦਾ ਮੈਨੂੰ ਵੀ ਨਹੀਂ ਪਤਾ ਲੱਗਣ ਦਿੱਤਾ, ਕਿਉਂਕਿ ਮੈਂ ਸੀਗਾ ਕਨੇਡਾ ਅਤੇ ਮੇਰੇ ਜਿਹੜੇ ਇੱਥੇ ਰਿਸ਼ਤੇਦਾਰ ਆ ਸਾਰੇ, ਇਹਨਾਂ ਨੇ ਸੋਚਿਆ ਕਿ ਆਪਸ ਵਿੱਚ ਹੀ ਕਦੇ ਕਦੇ ਇਹ ਨਹੀਂ ਹੋ ਜਾਂਦਾ ਕਿ ਇਹ ਬੰਦਾ ਯਾਰ ਕੁਛ ਕਰ ਹੀ ਨਹੀਂ ਰਿਹਾ, ਇੰਨਿਆਂ ਚਿਰਾਂ ਦਾ ਅਮੈਰੀਕਾ ਇੰਗਲੈਂਡ ਇੱਥੇ ਸਾਰੇ ਘੁੰਮਦਾ, ਇੰਨੇ ਸਾਨੂੰ ਨਹੀਂ ਲਿਜਾਣਾ, ਕੁਛ ਨਹੀਂ ਕਰਨਾ ਯਾਰ ਇੰਨੇ, ਤਾਂ ਥੋੜ੍ਹਾ ਜਿਹਾ ਨਾ ਚਲਾਕੀ 'ਚ ਆ ਗਏ। ਤੁਹਾਨੂੰ ਮੈਂ ਸਾਫ਼ ਗੱਲ ਦੱਸਾਂ ਕਿ ਯਾਰ ਪੈਸੇ ਤਾਂ ਹੈਗੇ ਹੀ ਆ, ਲਾ ਲੂ ਕੇ ਮੁੰਡੇ ਨੂੰ ਇਹਦੇ ਨੂੰ ਭੇਜ ਦਿੰਦੇ ਹਾਂ, ਅਤੇ ਨਾਲ ਜੇ ਆਪਣਾ ਵੀ ਚਾਂਸ ਲੱਗਦਾ ਤਾਂ ਆਪਣਾ ਵੀ ਲਾ ਲੈਂਦੇ ਹਾਂ। ਅਤੇ ਉਹ ਚਾਂਸ ਜਿਹੜਾ ਲੈਂਦੇ ਲੈਂਦੇ ਉਲਟਾ ਪੈ ਗਿਆ, ਉਹ ਬੰਦਾ ਗਲਤ ਟੱਕਰਿਆ ਗਿਆ, ਅਤੇ ਉਹਦੇ ਵਿੱਚ ਮਤਲਬ ਹੁਣ ਹਿਸਾਬ ਕਿਤਾਬ ਜਦ ਕੀਤਾ, ਜਿਹੜਾ ਕੇਸ ਇਸ ਟਾਈਮ ਹੈਗਾ ਆ ਪੇਪਰਾਂ 'ਚ ਆਇਆ, ਅਤੇ ਉਹ 14 ਲੱਖ ਅਤੇ 14,000 ਆ। ਹੁਣ ਮੈਂ ਜੇ ਰੋਇਓ ਵੀ ਮੇਰੇ ਨਿਕਲਣੇ ਨਹੀਂ, ਟੈਨਸ਼ਨ ਲਿਆ ਵੀ ਮੇਰਾ ਕੁਛ ਨਹੀਂ ਬਣਨਾ। ਅਤੇ ਹੁਣ ਜਿੰਨਾ ਕੰਮ ਮੈਂ ਇੱਥੇ ਆ ਕੇ ਕੀਤਾ, ਸਾਰੇ ਮਤਲਬ ਜਿੰਨੇ ਪੁਲਿਸ ਹੈ ਮਿਨਿਸਟਰ ਆ, ਇਕੱਲੇ ਇਕੱਲੇ ਤੋਂ ਮੈਂ ਫੋਨ ਕਰਵਾਤਾ, ਜਿਸ ਤਰ੍ਹਾਂ ਅਵਤਾਰ ਹੈਨਰੀ ਆ, ਬਲਵੰਤ ਰਾਮੂਵਾਲੀਆ ਹੈਗਾ ਆ, ਫਿਰ ਮੋਹਨ ਲਾਲ ਹੈਗੇ ਆ, ਅਤੇ ਹੋਰ ਵੀ ਮਤਲਬ ਗੁਰਕਮਲ ਕੌਰ ਜਿਹੜੇ ਹੈਗੇ ਆ, ਅਤੇ ਸਾਰਿਆਂ ਨੂੰ ਮੈਂ ਕਾਰ ਕਰਾ ਕੇ ਹੁਣ ਇੱਥੇ ਤੱਕ ਮਤਲਬ ਗੱਡੀ ਆਈ ਆ ਕਿ ਪੇਪਰਾਂ 'ਚ ਆ ਗਿਆ ਮਾਮਲਾ ਦਰਜ ਹੋ ਗਿਆ। ਹਾਂਜੀ, ਅਤੇ ਹੁਣ ਮੈਨੂੰ ਲੱਗਦਾ ਕਿ ਕੱਲ੍ਹ ਤੱਕ ਇਹਨੂੰ ਥੋੜ੍ਹਾ ਜਿਹਾ ਮਤਲਬ ਸਾਫ਼ ਕਰਨਗੇ ਮਤਲਬ ਚਿੱਤਰਾਂ ਨਾਲ। ਤੁਹਾਡੇ ਬੇਟੇ ਦਾ ਨਾਮ ਕੀ ਹੈ? ਪ੍ਰੀਤ ਗਰੇਵਾਲ। ਇੱਕੋ ਹੀ। ਕਿੰਨੀ ਉਮਰ ਆ ਉਹਦੀ? 20 ਸਾਲ। ਉਹ ਆਪ ਵੀ ਇੱਛੁਕ ਸੀਗਾ ਬਾਹਰ ਜਾਣ ਦਾ? ਨਹੀਂ ਯਾਰ, ਉਹ ਤਾਂ ਬੱਚਾ ਆ ਮਤਲਬ ਇਹਨਾਂ ਨੇ, ਮੈਂ ਤਾਂ ਸੱਚ ਦੱਸਾਂ ਮਤਲਬ ਦੁਨੀਆ ਪਤਾ ਨਹੀਂ ਕਿਉਂ ਜਨਾਬ ਪਾਗਲ ਹੋਈ ਹੋਊਗਾ ਬਾਹਰ ਜਾਣ ਵਾਸਤੇ, ਲੇਕਿਨ ਬਾਹਰ ਜੋ ਕੁੜੀਆਂ ਮੁੰਡਿਆਂ ਦੇ ਹਾਲਾਤ ਆ, ਉਹ ਕੋਈ ਮੇਰੇ ਨਾਲ ਗੱਲ ਕਰੇ ਫਿਰ ਮੈਂ ਉਹਨਾਂ ਨੂੰ ਦੱਸਾਂ। ਅਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ? ਤੁਸੀਂ ਵੀ ਲਗਭਗ 20-25 ਸਾਲ ਤੋਂ ਵਿਦੇਸ਼ਾਂ ਦੀ ਧਰਤੀ 'ਤੇ ਰਹਿ ਰਹੇ ਹੋ, ਹੁਣ ਤੁਸੀਂ ਵਾਪਸ ਇੰਡੀਆ ਆਏ ਹੋ, ਅਤੇ ਤੁਸੀਂ ਕੀ ਬੱਚਿਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਉਸ ਵੇਲੇ ਦੀ ਸਥਿਤੀ ਅਤੇ ਹੁਣ ਦੀ ਸਥਿਤੀ ਦਾ? ਮੈਂ ਜਨਾਬ ਇਹ ਕਹਿਣਾ ਚਾਹੁੰਦਾ ਹਾਂ ਕਿ ਅਗਰ ਮੇਰੀ ਸਲਾਹ ਲੈਣੀ ਹੈ ਤਾਂ ਪਹਿਲੇ ਆਪਣੇ ਬੱਚਿਆਂ ਨੂੰ ਉਸ ਕਾਬਲ ਬਣਾਓ, ਕੋਈ ਹੁਨਰ ਸਿਖਾਓ, ਕੋਈ ਵੀ, ਭਲੇ ਕਾਰਪੈਂਟਰ ਹੋਵੇ, ਭਲੇ ਪਲੰਬਰ ਹੋਵੇ, ਭਵੇ ਕੋਈ ਵੀ ਕੰਮ ਹੋਵੇ, ਉਹਨੂੰ ਇੰਨਾ ਮਤਲਬ ਟ੍ਰੇਨਡ ਕਰ ਦਿਓ ਕਿ ਕਿਸੇ ਮੁਲਕ ਦੇ ਵਿੱਚ ਵੀ ਜਾਵੇ ਉਹਦੀ ਕਦਰ ਕੰਮ ਦੇ ਨਾਲ ਹੋਣੀ ਆ, ਹੋਰ ਪੈਸੇ ਜਿੰਨੇ ਮਰਜ਼ੀ ਪੈਸੇ ਖਰਚਾ ਕਰ ਲਓ,
ਅਗਰ ਇਨਸਾਨ ਦੇ ਅੰਦਰ ਗੁਣ ਨਹੀਂ ਹੈ ਤਾਂ ਕੋਈ ਨਹੀਂ ਪੁੱਛਦਾ, ਉੱਥੇ ਧੱਕੇ ਖਾਣਗੇ। ਮੇਰਾ ਇਹ ਦੋਹਤਾ ਹੈ। ਕੀ ਨਾਮ ਦੋਹਤੇ ਦਾ? ਪ੍ਰੀਤ ਗਰੇਵਾਲ। ਕਿੱਥੇ ਭੇਜਣਾ ਸੀ? ਹਾਂਜੀ ਕਨੇਡਾ ਜੀ, ਕਨੇਡਾ ਦਾ। ਹਾਂਜੀ ਹਾਂਜੀ ਕਨੇਡਾ ਦਾ। ਅੱਛਾ, ਫਿਰ ਕੀ ਹੋਇਆ ਜੀ? ਫਿਰ ਇਹ ਸਾਡੇ ਮੰਨਾ, ਹਰਪ੍ਰੀਤ ਮੰਨਾ, ਇਹ ਸਾਡਾ ਕੋਈ ਪਹਿਲਾਂ ਮਿਲਦਾ ਜੁਲਦਾ ਨਹੀਂ ਸੀ ਸਾਨੂੰ, ਉਹਦਾ ਦੋਸਤ ਸੀਗਾ ਮੇਰਾ ਭਰਾ, ਉਹਦਾ ਉਹਦੇ ਨਾਲ ਮੇਰਾ ਪਿਆਰ ਸੀਗਾ, ਤਾਂ ਇਹਨੇ ਸਾਨੂੰ ਗੇੜ 'ਚ ਪਾ ਕੇ, ਮੈਂ ਤਾਂ ਮੇਰੀ ਗੁੱਡੀ ਨੂੰ, ਅਤੇ ਕਹਿੰਦੇ ਵੀ ਤੁਹਾਨੂੰ 2.5 ਲੱਖ ਦੇ ਵਿੱਚ ਅਸੀਂ ਤੁਹਾਡਾ ਮੁੰਡਾ ਬਾਹਰ ਖੇਡਣ 'ਚ ਲੈ ਜਾਵਾਂਗੇ। ਦੋਹਤੇ ਨੂੰ 2-2.5 ਲੱਖ ਰੁਪਏ ਦੇ ਵਿੱਚ ਉਹ ਕਰਦੇ ਨੇ ਸਾਤੋਂ, ਹੌਲੀ ਹੌਲੀ ਕਰਦੇ ਕਰਦੇ। ਸਾਨੂੰ ਨਹੀਂ ਪਤਾ, ਮੈਂ ਬਿਮਾਰ ਹੋ ਗਿਆ ਸੀ, ਮੈਂ ਹੋਸਪਿਟਲ ਸੀਗਾ, ਤਾਂ ਰਾਤ ਨੂੰ ਆ ਕੇ ਜੀ ਸਾਨੂੰ ਕਹਿੰਦਾ ਜੀ ਵੀ ਸਾਨੂੰ ਪੈਸੇ ਦੇ ਦਿਓ, ਸਾਨੂੰ ਪੈਸੇ ਦੇ ਦਿਓ। ਅਸੀਂ 2-2.5 ਲੱਖ ਰੁਪਏ ਇਹਨੂੰ ਜੀ ਦੇ ਦਿੱਤਾ ਜੀ। ਉਹਦੇ ਥੋੜ੍ਹੇ ਚਿਰ ਬਾਅਦ ਹੀ, ਘੰਟੇ 2 ਘੰਟੇ ਬਾਅਦ ਕਹਿੰਦਾ ਨਹੀਂ ਥੋੜ੍ਹੇ ਜਿਹੇ ਪੈਸੇ ਹੋਰ ਚਾਹੀਦੇ ਆ। ਮੇਰੀ ਗੁੱਡੀ ਨੇ ਕਿਹਾ ਵੀ ਆ ਨਹੀਂ ਵੀ ਮੈਂ ਇੱਕ ਤਾਂ ਹਜੇ ਹੈ ਨਹੀਂ ਵੀ ਨਹੀਂ, ਫਿਰ ਵੀ ਅਸੀਂ ਜੀ ਇਕੱਠੇ ਕਰਕੇ 3,75,000 ਰੁਪਏ ਇਹਨੂੰ ਪਹਿਲੀ ਵਾਰ ਦੇ ਦਿੱਤਾ ਜੀ। ਜੋ 3,000 ਇੰਨੇ ਦੇ ਕੇ ਜੀ ਇਹਨੂੰ ਆਪਣਾ ਇਨਕਮ ਚਾਲੂ ਕਰ ਲਿਆ। ਪਾਸਪੋਰਟ 'ਤੇ ਵੀ ਪਾਸਪੋਰਟ ਇਹਨੇ ਉੱਥੇ ਦਿੱਤਾ, ਉਹਦੇ ਵੀ ਸਾਡੇ ਤੋਂ ਪੈਸੇ ਲੈ ਗਿਆ। ਬਾਕੀ ਹੌਲੀ ਹੌਲੀ ਕਰਦੇ 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 ਕੰਮ ਹੋ ਗਿਆ ਜੀ। ਡਾਕਟਰੀ ਕਰਾਉਣੀ ਆ, ਆਹ ਕੰਮ ਕਰਨਾ ਜੀ ਇਹਨੇ, ਇਹਦਾ ਅਸੀਂ ਪਾਸਪੋਰਟ ਬਣਾਉਣਾ, ਉਹਦੇ ਵੀ ਸਾਡੇ ਤੋਂ ਪੈਸੇ ਸਾਤੋਂ ਕਰਦੇ ਜੀ ਇਹਨੇ ਪੈਸੇ ਹੌਲੀ 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 ਕਰਦੇ, 50 ਵੀ ਲੈ ਗਿਆ, 20 ਵੀ ਲੈ ਗਿਆ, 1,00,000 ਵੀ ਲੈ ਗਿਆ। ਗਾਂਹ ਬਾਅਦ ਦੇ ਵਿੱਚ ਸਾਨੂੰ ਕੋਈ ਪਤਾ ਨਹੀਂ ਲੱਗਾ, ਇਹ ਸਾਨੂੰ ਧੋਖੇ ਦੇ ਵਿੱਚ ਲੈ ਕੇ ਨਾ ਸਾਡਾ ਬੁਰਾ ਹਾਲ ਕਰਤਾ ਜੀ। ਸਾਨੂੰ ਅਸੀਂ ਹੁਣ ਤੱਕ ਵੀ ਅਸੀਂ ਇਹਦੇ, ਫਿਰ ਸਾਰਾ ਕੰਮ ਹੋ ਗਿਆ, ਫਿਰ ਵੀ ਕਹਿੰਦਾ ਜੀ ਨਹੀਂ ਸਾਨੂੰ ਅੱਜ ਕਾਗਜ਼ ਆ ਜਾਣੇ ਸਾਡੇ, ਵੀ ਸਾਨੂੰ 58,000 ਰੁਪਇਆ ਦਿਓ। ਅਸੀਂ ਖੜ੍ਹੇ ਪੈ ਰਹੇ, ਮੈਂ ਤਾਂ ਮੇਰੀ ਲੜਕੀ ਨੇ 58,000 ਕਰਕੇ ਇਹਦੇ ਦਿੱਤਾ। ਅਸੀਂ ਸਾਰੇ ਜੀ ਮੇਰੇ ਸਾਡੇ ਵੱਲੋਂ 5-6 ਲੱਖ ਰੁਪਈਆ ਇਹ ਪਹਿਲੀ ਸੱਟੇ ਲੈ ਕੇ ਕਹਿੰਦਾ ਹੁਣ ਤੁਹਾਡਾ ਆਪਣਾ ਕੰਮ ਹੋ ਗਿਆ ਆ। ਕਹਿੰਦਾ ਕੰਮ ਹੋ ਗਿਆ ਤਾਂ ਫਿਰ ਤੁਹਾਡੇ ਕਾਗਜ਼ ਆ ਜਾਣੇ ਆ, ਫਿਰ ਅਸੀਂ ਥੋੜ੍ਹੇ ਜਿਹੇ ਸ਼ੋਅ ਕਰਨ ਲਈ ਪੈਸੇ ਲੈਣੇ ਆ। ਅਸੀਂ ਕਿਹਾ ਵੀ ਸਾਡੇ ਕੋਲ ਤਾਂ ਕੋਈ ਪੈਸੇ ਹੈ ਨਹੀਂ, ਵੀ ਸਾਡੇ ਕੋਲ ਕੋਈ ਪੈਸਾ ਹੈ ਨਹੀਂ, ਵੀ ਸਾਨੂੰ ਸ਼ੋਅ ਕਰਨ ਲਈ ਕਿੱਥੋਂ ਦਈਏ। ਪਿਆਰ ਕਰਾ ਕੇ ਜੀ ਅਸੀਂ ਆਪ ਵੀ ਕਰਨ ਲੱਗ ਪਿਆ ਜੀ, ਮੈਂ ਆਪਣੇ ਕੋਲੋਂ ਥੋੜ੍ਹੀ ਜਿਹੀ ਪਾ ਦਿੰਦਾ। ਮੈਂ ਕਿਹਾ ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ। ਫਿਰ ਸਾਡੇ ਮੇਰੀ ਲੜਕੀ ਨੇ ਕਿਹਾ ਵੀ ਮੇਰੇ ਕੋਲ ਇੱਕ FD FT ਆ, ਉਹ ਦੇਖ ਲੈਂਦੀ ਹਾਂ, ਉਹ ਸੀਗੀ ਜੀ 6.5 ਲੱਖ ਰੁਪਏ ਦੀ। ਕਹਿੰਦੇ ਜੀ ਇਹ 'ਚੋਂ ਕਰ ਲੈਂਦੇ ਹਾਂ, ਇਹਨੇ ਉਹਦੇ ਵਿੱਚੋਂ ਸਾਡੇ ਕੋਲੋਂ ਬੈਂਕ ਜਾ ਕੇ ਜੀ 6.5 ਲੱਖ ਰੁਪਈਆ ਇਹਨੂੰ ਉੱਥੋਂ ਕਢਵਾ ਲਿਆ ਜੀ। ਕਢਵਾ ਕੇ ਆਪਣੇ ਇਹਨੂੰ ਚੈੱਕ ਦੇ ਵਿੱਚ ਪਵਾਇਆ, ਚੈੱਕ ਪਤਾ ਨਹੀਂ ਕਿਹਦੇ ਨਾਂ ਦਾ ਸੀਗਾ ਕਿਹਦੇ ਨਹੀਂ, ਇਹਨੇ ਆਪਣੇ ਉਹ 'ਚ ਪਾ ਕੇ ਸਾਡੇ ਸਾਹਮਣੇ ਦਿੱਤਾ, ਦੇ ਕੇ ਜੀ ਉਹ। ਫਿਰ ਸਾਨੂੰ ਕੋਈ ਪਤਾ ਨਹੀਂ, ਬਾਅਦ ਵਿੱਚ ਸਾਤੋਂ ਇਹ ਸਾਰਾ ਇਕੱਠਾ ਕਰਕੇ ਪੈਸੇ ਲੈ ਗਿਆ ਜੀ 13-14 ਲੱਖ ਰੁਪਈਆ। 14 ਲੱਖ ਦੇ ਵਿੱਚ ਹੁਣ ਤੱਕ ਵੀ ਸਾਨੂੰ 1.5 ਮਹੀਨੇ ਦਾ ਇਹਨੇ ਵਾਅਦਾ ਲਾਇਆ ਵੀ ਅਸੀਂ 1.5 ਮਹੀਨੇ ਦੇ ਵਿੱਚ FD ਦੇ ਪੈਸੇ ਅਸੀਂ ਮੋੜ ਦੇਣੇ ਆ, ਵੀ ਅਸੀਂ ਜਿਹੜੇ ਸ਼ੋਅ ਕਰਨੇ ਸਾਡਾ 1.5 ਕੁ ਮਹੀਨੇ ਦਾ ਕੰਮ ਆ ਜੀ, 1.5 ਮਹੀਨੇ ਦੇ ਵਿੱਚ ਅਸੀਂ ਜਾ ਕੇ ਵਾਪਸ ਆ ਜਾਣਾ। ਇਹਨੇ 1.5 ਕਰ ਦੇਣੇ ਜੀ, 1.5 ਸਾਲ ਕਰ ਦਿੱਤਾ। ਦੇਖ ਲਓ ਹੁਣ ਤੱਕ ਵੀ ਕਿੰਨਾ ਚਿਰ ਹੋ ਗਿਆ ਆ, ਹੁਣ ਤੱਕ ਵੀ ਅਸੀਂ ਇਹਦੀਆਂ ਮਿਹਨਤਾਂ ਕਰਦੇ ਹਾਂ। ਆਹ ਕੱਲ੍ਹ ਕੀ ਹੋਈ ਆ, ਤੁਸੀਂ ਪੁਲਿਸ ਨੂੰ ਐਪਲੀਕੇਸ਼ਨ ਦਿੱਤੀ ਸੀ, ਉਸ ਤੋਂ ਬਾਅਦ ਕਾਰਵਾਈ ਕੀ ਹੋਈ ਆ? ਉਹ ਤੋਂ ਬਾਅਦ ਕਹਿੰਦੇ ਹੁਣ ਅਸੀਂ ਦਿੱਤੀ ਸੀਗੀ ਜੀ ਕਾਰਵਾਈ, ਹੁਣ ਜਦੋਂ ਕੀਤੀ ਜਦੋਂ ਇਹਨੇ ਸਾਨੂੰ ਇਹੀ ਲਾਰਾ ਲਾਈ ਰੱਖਿਆ ਵੀ ਅਸੀਂ ਤੁਹਾਨੂੰ ਕੱਲ੍ਹ ਥੋੜ੍ਹੇ ਦਿਨਾਂ ਵਿੱਚ ਪੈਸੇ ਦੇ ਦੇਣੇ ਆ, ਅੱਜ ਆ ਜਾਣੇ ਆ, ਕੱਲ੍ਹ ਨੂੰ ਅਸੀਂ ਦੋਵੇਂ, ਮੈਂ ਤਾਂ ਮੇਰੀ ਧੀ ਲੈ ਕੇ ਦੋਵੇਂ ਜਣੇ ਘੁੰਮਦੇ ਰਹਿੰਦੇ ਸੀ, ਇੱਕ 2 ਚੈੱਕ ਦਿੱਤੇ ਜੀ 2.5-2.5 ਲੱਖ ਰੁਪਏ ਦੇ ਹਨ ਉਹਦੇ, ਉਹ ਸਾਡੇ ਕੈਸ਼ ਹੋਏ, ਉਹਦੇ ਕੋਈ ਵਿੱਚ ਕੋਈ ਪੈਸਾ ਨਹੀਂ ਸੀਗਾ। ਉਹਦੇ ਵਿੱਚ ਵੀ ਸਾਨੂੰ ਇਹੀ ਗੱਲ ਕਰਦਾ ਰਿਹਾ ਵੀ ਅਸੀਂ ਤੁਹਾਡੇ ਪੈਸੇ ਕੱਲ੍ਹ ਨੂੰ ਆ ਜਾਣੇ ਆ ਜੀ, ਆਹ ਆ ਜਾਣੇ। ਅਸੀਂ ਦੋਵੇਂ ਜਣੇ, ਮੇਰੀ ਧੀ ਤਾਂ ਮੈਂ ਦੋਵੇਂ ਬੈਂਕਾਂ ਦੇ ਵਿੱਚ ਫਿਰਦੇ ਰਹੇ,
ਇਹ ਸਾਡਾ ਕੋਈ ਪਿੱਛਾ ਨਹੀਂ ਸਮਝੇ ਹੋ ਗਿਆ। ਜਿਸ ਤਰੀਕੇ ਤੁਸੀਂ ਕਹਿੰਦੇ ਹਾਂ ਕਿ ਉਹ ਕਬੱਡੀ ਦੇ ਲਈ ਮਤਲਬ ਤੁਹਾਡੇ ਮੁੰਡੇ ਨੂੰ ਖਿਡਾਉਣ ਦੇ ਲਈ ਬਾਹਰ ਲੈ ਕੇ ਜਾਣਾ ਚਾਹੁੰਦਾ ਸੀਗਾ, ਹਾਂਜੀ, ਹੈ ਨਾ, ਉਹ ਉੱਥੇ ਕੈਨੇਡਾ ਛੱਡਣਾ ਸੀ, ਕਿ ਤੁਹਾਨੂੰ ਪਤਾ ਉਹ ਆਪ ਕਬੱਡੀ ਖੇਡਦਾ ਆ ਜਾਂ ਕਿ ਦੇਖੋ ਜੀ ਹੁਣ ਜਾਂ ਕੁਛ ਹੋਰ ਚੀਜ਼ ਉਹਦੇ ਵਿੱਚ ਦੇਖੋ ਜੀ, ਅਸੀਂ ਉਹਦੇ ਘਰ ਗਏ ਹਾਂ, ਉਹਨੂੰ ਸਾਡਾ ਅਸੀਂ ਉਹਦਾ ਕੋਈ ਦੂਆ ਨਹੀਂ ਲਾਇਸੈਂਸ ਨਹੀਂ ਦੇਖਿਆ, ਸਾਨੂੰ ਫੋਟੋ ਉਹਦੇ ਘਰ 'ਚ ਜਿੱਦਾਂ ਸਾਰੇ ਮੁੰਡਿਆਂ ਨਾਲ ਸੀਗੀਆਂ ਕਬੱਡੀ ਵਾਲੀਆਂ ਦੀਆਂ ਲੱਗੀਆਂ, ਉਹ ਅਸੀਂ ਦੇਖੀਆਂ, ਸਾਨੂੰ ਇਹ ਕਹਿੰਦਾ ਸੀ ਤੁਹਾਨੂੰ ਅਸੀਂ ਕਾਕੇ ਨੂੰ ਸਪੇਅਰ 'ਚ ਲੈ ਜਾਵਾਂਗੇ, ਸਪੇਅਰਾਂ ਦੇ ਵਿੱਚ ਲੈ ਜਾਵਾਂਗੇ, ਉਹਦੇ ਵਿੱਚ ਅਸੀਂ ਇਹਦਾ ਨਾਂ ਰੱਖ ਲਵਾਂਗੇ, ਚਲੋ ਕੋਈ ਵੀ ਹੋਵੇ ਬਾਅਦ ਦੇ ਵਿੱਚ ਸਾਰੇ ਸਪੇਅਰਾਂ ਦੇ ਵਿੱਚ ਇਹਨੂੰ ਲਿਜਾਣਾ ਸੀਗਾ ਜੀ ਇਹਨੂੰ, ਤਾਂ ਬਾਕੀ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਅਜੇ ਪੁਲਿਸ ਨੂੰ ਤਾਂ ਜੀ ਅਸੀਂ ਹੁਣ ਕੀਤਾ, ਫਿਰ ਬਾਅਦ ਦੇ ਵਿੱਚ ਮੈਨੂੰ ਮੇਰਾ ਨਾਂ ਵੀ ਇਹਦੀ ਦੋਏ ਤੀਵੀਂ ਆਦਮੀ ਨੇ ਦੋਨਾਂ ਨੇ ਰਲ ਕੇ ਸਾਰਾ ਕੰਮ ਕੀਤਾ, ਅਤੇ ਮੈਨੂੰ ਉਹਦੇ ਘਰ ਵਾਲੀ ਕਹਿੰਦੀ ਨਹੀਂ ਅੰਕਲ ਤੂੰ ਵੀ ਜਾ ਸਕਦਾ ਨਾਲ ਇਹ ਬੱਚੇ ਦੇ ਨਾਲ, ਇੱਕ ਬੰਦਾ ਜ਼ਰੂਰ ਇੱਕ ਘਰ ਦਾ ਲਿਜਾ ਸਕਦੇ ਹਾਂ, ਵੀ ਉਹਦੇ ਵਿੱਚ ਤੁਹਾਡਾ ਦਾ ਪੈਸਾ ਵੀ ਨਹੀਂ ਕੋਈ ਵੀ ਲੱਗਣਾ, ਮੈਂ ਕਿਹਾ ਫਿਰ ਵੀ ਦੱਸੋ ਤਾਂ ਸਹੀ ਸਾਡਾ ਕਿੰਨਾ ਲੱਗਦਾ, ਫਿਰ ਮੇਰੇ ਆਪਣੇ ਗੁੱਡੀ ਨੇ ਮੇਰੇ ਘਰਦਿਆਂ ਨੇ ਮੇਰਾ ਜ਼ੋਰ ਪਾ ਕੇ ਕਹਿੰਦੇ ਚਲੋ ਕੋਈ ਨਹੀਂ 1,20,000 ਕੱਖ ਨਹੀਂ ਚਲੋ ਇਹ ਵੀ ਪਾ ਲੈਂਦੇ ਹਾਂ, ਕਹਿੰਦਾ ਜੀ ਤੁਹਾਡੇ ਜਿਹੜੇ 1,05,000 ਰੁਪਈਆ ਮੇਰਾ ਇਹਨਾਂ ਨੇ ਉਹ ਤੁਰ ਲਿਆ, ਇਹਦੇ ਵਿੱਚੋਂ ਮੈਨੂੰ ਕਹਿੰਦਾ ਜੀ 60,000 ਦੇ ਤੁਹਾਨੂੰ ਡਾਲਰ ਲੱਗ ਜਾਣੇ ਆ, ਬਾਕੀ ਤੁਹਾਡੀ ਡਾਕਟਰੀ ਆ ਜਾਂ ਫੀਸ ਮੈਸੀ ਦੀ, ਉਹ ਲੈ ਕੇ ਜੀ ਸਾਡਾ ਮੇਰਾ 1,05,000 ਰੁਪਈਆ ਇਹਨੂੰ ਉਹ ਲੈ ਲਿਆ। ਪੁਲਿਸ ਮਾਮਲਾ ਦਰਜ ਕਰ ਲਿਆ ਹੁਣ ਹੋ ਗਿਆ ਜੀ ਪੁਲਿਸ ਮਾਮਲਾ। ਹਾਂ ਸਭ ਤੋਂ ਵੀ ਗੱਲ ਹੈ ਕਿ ਦੀਪ ਗਰੇਵਾਲ ਜਿਹੜੇ ਨੇ ਮਸ਼ਹੂਰ ਕਲਾਕਾਰ ਨੇ ਉਹਨਾਂ ਦੇ ਬੇਟਾ ਉਹ ਖੁਦ ਕੈਨੇਡਾ ਰਹਿੰਦੇ ਨੇ, ਤਾਂ ਤੁਸੀਂ ਚੱਕਰ ਕਿਉਂ ਫਸਦੇ? ਦੇਖੋ ਜੀ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ, ਇੱਕ ਅਸੀਂ ਇਹਨਾਂ ਤੋਂ ਡਰਦੇ ਨੇ ਚੋਰੀ, ਅਸੀਂ ਜਿਹੜਾ ਕੰਮ ਕੀਤਾ ਮੈਂ ਕਿਹਾ ਚਲੋ ਮੇਰਾ ਦੋ ਤਾਂ ਮੇਰੇ ਆਪਣਾ ਘਰ ਦੇ ਵਿੱਚ ਮੇਰੇ ਬੱਚੇ ਨਾਲ ਸਾਡੇ ਨਾਲ ਸਹਿਮਤ ਨਹੀਂ ਸੀਗੇ, ਅਤੇ ਮੈਂ ਕਿਹਾ ਚਲੋ ਮੈਂ ਆਪਣੇ ਵੱਲੋਂ ਬੱਚੇ ਦਾ ਸਾਥ ਦੇ ਦਿੰਦਾ, ਮੈਂ ਕਿਹਾ ਮੈਂ ਹੋਰ ਕਿਹਨੂੰ ਦੇਣਾ। ਜੇ ਤੁਸੀਂ ਆਪਣੀ ਜਵਾਈ ਨੂੰ ਦੱਸਦੇ ਤਾਂ ਉਹ ਖੁਦ ਕਬਾਲ ਨੇ ਸੀ, ਉਹ ਖੁਦ ਕੈਨੇਡਾ ਰਹਿੰਦੇ ਆ। ਹਾਂਜੀ ਹਾਂ, ਤੁਸੀਂ ਕੋਈ ਚੱਕਰ ਫਸ ਗਏ? ਅਤੇ ਅਸੀਂ ਇਸੇ ਚੱਕਰ 'ਚ ਫਸ ਗਏ, ਅਸੀਂ ਇਹਨਾਂ ਨੂੰ ਵਿਚਾਰਿਆਂ ਨੂੰ ਦੱਸਿਆ ਵੀ ਨਹੀਂ ਸੀਗਾ, ਅਸੀਂ ਇਹਨਾਂ ਨੂੰ ਦੱਸਿਆ ਨਹੀਂ। ਗ੍ਰਿਫਤਾਰੀ ਹੋਈ ਨਹੀਂ, ਪੁਲਿਸ ਨੇ ਗ੍ਰਿਫਤਾਰ ਕੀਤਾ? ਅਜੇ ਨਹੀਂ ਕੀਤਾ, ਅਜੇ ਨਹੀਂ ਕੀਤਾ, ਸਾਰਾ ਪਰਚਾ ਦਰਜ ਉਹਨਾਂ ਦਾ ਹੋ ਗਿਆ ਸੀਗਾ, SSP ਨੇ ਇੱਥੇ ਪੇਪਰ ਭੇਜ ਦਿੱਤੇ ਸੀਗੇ, ਕੱਲ੍ਹ ਅਖਬਾਰ 'ਚ ਵੀ ਆ ਗਿਆ ਆ। ਮੰਗ ਕੀ ਕਰਦੇ ਸਰਕਾਰ? ਅਸੀਂ ਮੰਗ ਇਹੀ ਕਰਦੇ ਹਾਂ ਜੀ, ਇਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ, ਸਾਡੇ ਪੈਸੇ ਵਾਪਸ ਦਿੱਤੇ ਜਾਣ। 14/9/24 ਨੂੰ 400 IPC 'ਚ ਦਰਜ ਕੀਤੀ ਹੈ। ਇਹ ਹਰਪ੍ਰੀਤ ਸਿੰਘ ਮੰਨਾ ਹੈ, ਇੱਕ ਇਹਦੀ ਵਾਈਫ ਮਨਪ੍ਰੀਤ ਕੌਰ, ਇਹਨਾਂ ਨੇ ਜਸਵਿੰਦਰ ਕੌਰ ਜੀ ਹੈਗੇ ਆ ਜਿਹੜੇ, ਉਹਨਾਂ ਦੇ ਕੋਲੋਂ ਵੱਖ ਵੱਖ ਡੇਟਾਂ ਦੇ ਵਿੱਚ ਇਹਨਾਂ ਨੇ ਤਕਰੀਬਨ 14,00,000 ਤੇ 14,000 ਰੁਪਈਆ ਦੀ ਠੱਗੀ ਮਾਰੀ। ਪਾਸਪੋਰਟ ਵੀ ਰੱਖ ਲਿਆ ਅਤੇ ਬਾਹਰ ਵੀ ਨਹੀਂ ਭੇਜਿਆ, ਅਤੇ ਇਹਨੂੰ ਵਾਰ ਵਾਰ ਇੱਥੇ ਬੁਲਾਇਆ, ਇਹਦੇ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ, ਇਹਨੂੰ ਪਰਵਾਨੇ ਦਿੱਤੇ, ਇਹਦੇ ਨੋਟਿਸ ਦਿੱਤੇ ਸਰਪੰਚ ਸਾਹਿਬ ਨੂੰ ਵੀ ਕਿਹਾ, ਪਰ ਇਹ ਪੜਤਾਲ 'ਚ ਵੀ ਜੁਆਇਨ ਨਹੀਂ ਕੀਤਾ। ਜਦੋਂ ਪੜਤਾਲ ਇੱਥੇ ਹੋਈ ਸੀ ਮੇਰੇ ਕੋਲ, ਉਸ ਤੋਂ ਬਾਅਦ SP ਹੈੱਡਕੁਆਰਟਰ ਸਾਹਿਬ ਨੇ ਇਹਦੇ ਉੱਪਰ ਕਮੈਂਟਸ ਦਿੱਤੇ, ਅਤੇ ਉੱਥੋਂ ਬਾਅਦ ਮੁਕੱਦਮਾ ਦਰਜ ਹੋ ਗਿਆ, ਇਹਦੀ ਸਾਨੂੰ ਤਲਾਸ਼ ਜਾਰੀ ਹੈ। ਕਿੱਥੇ ਭੇਜਣਾ ਸੀ ਇਹਨਾਂ ਨੇ, ਵਿਦੇਸ਼ ਨੂੰ ਕਿੱਥੇ ਭੇਜਣਾ ਸੀ? ਵਿਦੇਸ਼ ਭੇਜਣ ਦੇ ਵਿੱਚ ਇਹਨਾਂ ਨੇ ਉਹਨੂੰ ਵੱਖ ਵੱਖ ਡੇਟ 'ਤੇ ਪੈਸੇ ਲੈਂਦੇ ਰਹੇ ਕਿ ਅਸੀਂ ਕੈਨੇਡਾ ਭੇਜ ਦਿਆਂਗੇ, ਪਰ ਉਹ ਕੈਨੇਡਾ ਭੇਜਿਆ ਨਹੀਂ, ਕੈਨੇਡਾ ਦਾ ਗਿਆ ਸੀ। ਸਰ ਪਤਾ ਲੱਗਿਆ ਕਬੱਡੀ ਖਿਲਾੜੀ ਦੇ ਨਾਮ 'ਤੇ ਉਹਨੂੰ ਸਪੇਅਰ ਬਣ ਕੇ ਭੇਜਣਾ ਸੀ ਇਹਨਾਂ ਨੇ, ਕੋਈ ਮਾਮਲਾ ਸਾਹਮਣੇ? ਸਾਡਾ ਇੱਦਾਂ ਦਾ ਮਾਮਲਾ ਦਰਜ ਹੋ ਗਿਆ, ਗ੍ਰਿਫਤਾਰੀ ਮਾਮਲਾ ਦਰਜ ਹੋ ਗਿਆ, ਗ੍ਰਿਫਤਾਰੀ ਕਦੋਂ ਹੋਣੀ ਸੰਭਾਵਨਾ? ਗ੍ਰਿਫਤਾਰੀ ਦੇ ਅਸੀਂ ਕਰ ਰਹੇ ਹਾਂ, ਰੇਡ ਨੂੰ ਕਰ ਰਹੇ ਹਾਂ, ਪੂਰਾ ਮਿਹਨਤ ਕਰ ਰਹੇ ਹਾਂ ਇਸ ਕੰਮ 'ਤੇ। SHO ਸਾਹਿਬ ਆਪ ਵੀ ਲੱਗੇ ਹੋਏ ਸਿਟੀ ਵਾਲੇ, ਹਜੇ ਤੱਕ ਨਹੀਂ।